ਅੱਜ ਤੁਹਾਡੇ ਦੁਪਹਿਰ ਤਾਈਂ ਪੱਠੇ ਨਹੀਂ ਮੁਕਦੇ ਪਏ, ਤੁਸੀਂ ਹੋਰ ਕੰਮ ਕੀ ਕਰਨਾ? ਮੁਕਾ ਛੱਡੋ ਕੰਮ ਕੀ, ਹੁਣ ਪੱਠਿਆਂ ਵਾਲਾ 12 ਤੋਂ ਤੁਸੀਂ ਪੱਠਿਆਂ ਵਿੱਚ ਹੀ ਕਰ ਛੱਡੇ ਨੇ। ਵੇ ਹਾਂ ਉਹਦਾ ਕੰਮ ਵੇ, ਨਹੀਂ ਮੁਕਾਣੇ ਵਾਲਾ ਕੰਮ ਕਰਿਆ ਕਰੋ ਕਿ ਉਹ ਤੋਂ ਫਿਰ ਬਾਰਿਸ਼ ਬਣੀ। ਵੇਖੋ ਚਲੋ ਜੀ, ਮਾਸ਼ਾਅੱਲਾ ਜੀ ਤੁਹਾਨੂੰ ਪਿਆਜ਼ ਦਿਖਾਈਏ। ਮਾਸ਼ਾਅੱਲਾ ਜੀ ਅੱਛੀ ਗਰੋਥ ਕਰ ਰਿਹਾ ਪਿਆਜ਼। ਗਿੱਲੀ ਜ਼ਮੀਨ ਜਿਹੜੀ ਉਹ ਗਾਲ ਲੱਗੇ ਆ ਜੀ, ਇਹਨਾਂ ਦਾ ਵਜ਼ਨ ਕੋਈ ਨਹੀਂ। ਨਹੀਂ ਯਾਰ ਕੀ ਕਰਨਾ ਹੈ, ਵਜ਼ਨ ਕਿਉਂ ਨਹੀਂ ਆਇਆ ਇਹਨਾਂ ਦਾ? ਫਿਰ ਤੂੰ ਸਾਰਾ ਜੋਧਰਾ ਵੀ ਜਾ ਛੱਡਿਆ, ਤੇ ਦੁਬਾਰਾ ਹੋਇਆ ਨਹੀਂ ਆ, ਕਿੱਦਾਂ ਕਿੱਦਾਂ ਹੋਇਆ ਵੇ। ਚੱਲ ਹੁਣ ਇੱਕ ਫਿਰ ਪੇਟ ਤੇ ਬਣਦੀ ਹੈ ਨਾ ਮੇਰੀ, ਹੈਂ ਇੱਕ ਬਣਦੀ ਹੈ ਵੇਖ ਲਈ। ਅਬੇ ਬਰਸਨ ਸਾਰਾ ਜਾੜਨਾ ਪਿਆ, ਇਹ ਭੇਡਾਂ ਹੀ ਨੇ ਸਾਰੀਆਂ, ਇਹ ਦੁੰਬੇ ਵੀ ਹਨ। ਅਲਾ ਠੀਕ ਹੈ, ਅੱਲਾਹ ਅਕਬਰ ਜੀ, ਗੰਦਮ ਬਿਲਕੁਲ ਜ਼ਮੀਨ ਦੇ ਨਾਲ ਲੱਗ ਗਈ ਜੀ। ਰਾਤ ਨੂੰ ਫਿਰ ਆਵਾਜ਼ ਤੇ ਹਨੇਰੀ ਬਾਰਿਸ਼ ਦੀ ਵਜ੍ਹਾ ਤੋਂ। ਇਹ ਵੀ ਹਵਾ ਕਾਫੀ ਜ਼ਿਆਦਾ ਚੱਲ ਰਹੀ, ਨਹੀਂ ਆ ਨਾਲ ਉੱਤੇ ਵੀ ਕਣਕ ਹੈ ਨਾ, ਠੀਕ ਠਾਕ ਲੋਤੀ ਹੈ ਜਿਹੜੀ ਨਾਲ, ਮਤਲਬ ਦੂਸਰੀ ਉਹ ਟੈਪ ਹੀ ਹੈ। ਪਰ ਨਹੀਂ ਇਹ ਵੀ ਤਾਂ ਹੁੰਦਾ ਨਾ ਬਾਈ, ਖੁਰਾਕ ਵੀ ਜ਼ਿਆਦਾ, ਖੁਰਾਕ ਤਾਂ ਫਿਰ ਖੁਰਾਕ ਹੋ ਸਕੇ ਕੋਈ ਨਹੀਂ ਸਾਡੇ ਕੋਲ। ਅੱਛਾ ਕੋਈ ਖੁਰਾਕ ਨਹੀਂ, ਕੋਈ ਖਾਦ ਨਹੀਂ, ਕੋਈ ਕੁਛ ਨਹੀਂ, ਬੜਾ ਹੋਣਾ ਅਤੇ ਰੂੜਾ ਸੱਟਣਾ ਕਰਨਾ ਬਰਸਣਾ, ਠੀਕ ਹੈ, ਕੋਈ ਬਿਲਕੁਲ ਨਾ ਕਿਉਂ ਵੇਖਿਆ, ਮਤਲਬ ਆ ਬਾਈ ਇੱਕ ਦਿਹਾੜੇ ਆਪਣੀ ਅੱਖੀਂ ਉਹਨਾਂ ਨੂੰ ਕੋਈ ਖਾਦ ਖਿਲਾਰ ਲਿਆ ਦੇਣਾ, ਰੂੜਾ ਹੈ। ਅੱਛਾ ਰੂੜੇ ਤੋਂ ਇਲਾਵਾ ਹੋਰ ਕੋਈ? ਕਣਕ ਖੁਰਾਕ ਦੇ ਲੋ ਜੇ ਮੌਸਮ ਠੀਕ ਹੈ ਤੇ ਫਿਰ ਕਿਰੇ ਨਹੀਂ ਜਾਂਦੀ। ਬਾਰਿਸ਼ ਤੋਂ ਬੱਚੀਆਂ ਤੇ ਤੋਂ ਜ਼ਿਆਦਾ ਟੈਪ ਹੀ ਨੇ ਤਕਰੀਬਨ ਇੱਧਰ ਮੰਡੀ ਵੱਲ ਰੋਡ ਦੇ ਉੱਤੇ ਟਰੈਕਟਰ ਦੇ ਬਲੇਡ ਨਾਲ ਮਤਲਬ ਬਰਫ ਟਾਈ ਇਸੇ ਤਰ੍ਹਾਂ ਹੀ, ਬਹੁਤ ਭੈਣ ਪਈ, ਇਤਨੀ ਕੁਹਿਣ ਪਈ ਬਲੇਡ ਲੱਗਿਆ ਹਾਂਜੀ ਰਾਹ ਬਣਾਉਣ ਜੀ, ਇਸ ਤਰ੍ਹਾਂ ਦੀ ਗੱਲ।
ਫਿਰ ਉੱਥੇ ਫਸਲਾਂ ਦਾ ਕੀ ਹਾਲਾਤ ਰਹੀ ਸਾਰੀ ਗੱਲ ਸਿੱਟਿਆਂ ਦਾ ਹਾਲ ਹੀ ਕੋਈ ਨਹੀਂ ਆਉਣਾ ਮੈਂ ਚਾਰ ਪੰਜ ਦਿਨ ਹੋ ਗਏ ਨੇ ਇਸ ਗੱਲ ਨੂੰ ਤਾਂ ਹੀ ਇਸ ਬਾਰਿਸ਼ ਤੋਂ ਪਹਿਲਾਂ ਜਿਹੜਾ ਨਾ ਠਾਰ ਚੰਗਾ ਭਲਾ ਬਣਿਆ ਆਹੋ ਠੰਡੀ ਹਵਾ ਚੱਲਦੀ ਰਹੀ ਜਾਂ ਮੰਡੀ ਨਾਲ ਜਾਂ ਮੰਡੀ ਕਿਹੜਾ ਦੂਰ ਹੈ ਬਹਰਾਲ ਜੀ ਵੇਖੋ ਹੁਣ ਅੱਗੋਂ ਅੱਲਾ ਨੇ ਫਰਕਾ ਦਿੱਤਾ ਆਪਾਂ